ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਰਾਜਪੂਤਾ ਦੁਕਾਨ ਦੇ ਵਿੱਚੋਂ ਇੱਕ ਚੋਰ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪਤਾ ਉਸ ਵੇਲੇ ਲੱਗਿਆ ਜਦੋਂ ਦੁਕਾਨਦਾਰ ਨੇ ਵੇਖਿਆ ਕਿ ਉਸ ਦਾ ਕੈਮਰਾ ਗਾਇਬ ਹੈ। ਉਸ ਨੇ ਆਪਣੀ ਦੁਕਾਨ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਦੇ ਵਿੱਚ ਪਤਾ ਲੱਗਿਆ ਕਿ ਸੜਕ ਦੇ ਉੱਤੇ ਜਾਂਦਾ ਹੋਇਆ ਉਸ ਦੀ ਦੁਕਾਨ ਦੇ ਵਿੱਚ ਦਾਖਿਲ ਹੋਇਆ। ਉਸ ਨੇ ਵੇਖਿਆ ਕਿ ਦੁਕਾਨ ਦੇ ਵਿੱਚ ਕੋਈ ਨਹੀਂ ਹੈ। ਉਸ ਨੇ ਟੇਬਲ ਦੇ ਉੱਤੇ ਪਿਆ ਕੈਮਰਾ ਚੁੱਕ ਲਿਆ ਅਤੇ ਫਿਰ ਉਸ ਨੂੰ ਲਿਫਾਫੇ ਦੇ ਵਿੱਚ ਪਾਇਆ ਤੇ ਜਾਂਦੇ ਹੋਏ ਸੜਕ ਦੇ ਥ੍ਰੀ ਵੀਲਰ ਤੇ ਬੈਠ ਗਿਆ। ਦੁਕਾਨਦਾਰ ਆਪਣੀ ਦੁਕਾਨ ਤੇ 2-3 ਮਿੰਟ ਹੀ ਪਾਸੇ ਹੋਇਆ ਕਿ ਚੋਰ ਆਪਣਾ ਕੰਮ ਕਰਕੇ ਰਫੂ ਚੱਕਰ ਹੋ ਗਿਆ। ਇਸ ਮੌਕੇ ਦੇ ਉੱਤੇ ਦੁਕਾਨਦਾਰ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਇਸ ਸੰਬੰਧੀ ਉਸਨੇ ਥਾਣੇ ਦੇ ਵਿੱਚ ਕੋਈ ਵੀ ਸ਼ਿਕਾਇਤ ਨਹੀਂ ਦਰਜ ਕਰਵਾਈ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਪੁਲਿਸ ਦੇ ਉੱਤੇ ਕੋਈ ਭਰੋਸਾ ਨਹੀਂ ਹੈ ਕਿਉਂਕਿ ਪਹਿਲਾਂ ਵੀ ਉਸਦੇ ਘਰ ਦੇ ਵਿੱਚੋਂ ਚੋਰੀ ਹੋਈ ਹੈ। ਅਸੀਂ ਸਾਰੇ ਸਬੂਤ ਦਿੱਤੇ ਪਰ ਪੁਲਿਸ ਨੇ ਕੁਝ ਨਹੀਂ ਕੀਤਾ। ਹੁਣ ਜੋ ਵੀ ਕਰਾਂਗੇ ਆਪ ਹੀ ਕਰਾਂਗੇ। ਅਤੇ ਉਹਨਾਂ ਨੇ ਤਰਨ ਤਾਰਨ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਘਰ ਹੋਵੇ ਜਾਂ ਫਿਰ ਦੁਕਾਨ ਕੱਲੇ ਨਾ ਛੱਡੋ ਕਿਉਂਕਿ ਨਸ਼ੇੜੀ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਨੇ। ਮੇਰਾ ਨਾਮ ਬਲਜੀਤ ਸਿੰਘ ਹੈ ਔਰ ਮੈਂ ਰਾਜਪੂਤ ਫੋਟੋ ਸਟੂਡੀਓ ਰਾਜਪੂਤ ਸ਼ਾਦੀ ਕਾਰਡ ਦਾ ਮਾਲਕ ਹਾਂ। ਇੱਕ ਚੋਰ ਸਾਡੀ ਦੁਕਾਨ ਦੇ ਵਿੱਚ ਵੇਖਿਆ ਸੀ, ਕੋਈ ਨਹੀਂ ਹੈਗਾ ਤੇ ਰਮਾ ਰਾਵੀ ਆਇਆ ਅੰਦਰ ਆਣ ਕੇ ਉਹਨੇ ਸਾਡੇ ਆਸੇ ਪਾਸੇ ਦੇਖਿਆ ਵਾ, ਹਾਲੇ ਕਿ ਸਾਡੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ। ਉਹਨੇ ਆਸੇ ਪਾਸੇ ਦੇਖਿਆ, ਆਉਂਦਾ ਅਸੀਂ ਕਾਊਂਟਰ ਥਾਣੀ ਜਾ ਕੇ ਤੇ ਸਾਡਾ ਇੱਕ ਕੈਮਰਾ ਸੀ D90 ਉਹ ਚੁੱਕੇ ਤੇ ਦਵਾ ਦਵਾ ਬਣਾ ਕੇ ਝੋਲੇ 'ਚ ਪਾ ਕੇ ਤੇ ਫਰਾਰ ਹੋ ਗਿਆ। ਉਹ ਇੱਕ ਵਾਰ ਆਪਣਾ ਸੜਕ ਦੇ ਉੱਤੇ ਨਾ ਇੱਕ ਥ੍ਰੀ ਵੀਲਰ ਆ ਰਿਹਾ ਸੀ ਸਵਾਰੀਆਂ ਵਾਲਾ, ਤਾਂ ਉਹਦਾ ਭੱਜ ਕੇ ਉਹ ਥ੍ਰੀ ਵੀਲਰ 'ਚ ਬੈਠ ਕੇ ਤੇ ਨਿਕਲ ਗਿਆ। ਜਿੰਨਾ ਚਿਰ ਅਸੀਂ ਆ ਕੇ ਦੁਕਾਨ 'ਤੇ ਦੇਖਿਆ ਵਾ ਕਿ ਉਹ ਆਸੇ ਪਾਸੇ ਸਾਨੂੰ ਲੱਭਾ ਨਹੀਂ, ਲੇਕਿਨ ਉਹ ਸਾਡੇ CCTV ਕੈਮਰਾ ਦੇ ਵਿੱਚ ਆ ਚੁੱਕਾ ਵਾ ਜਿਹਦੀ ਅਸੀਂ ਭਾਲ ਕਰ ਰਹੇ ਹਾਂ। ਪੁਲਿਸ ਨੂੰ ਪਿੱਛੇ ਵੀ ਸਾਡੇ ਚੋਰੀ ਹੋਈ ਸੀ ਤੇ ਅਸੀਂ ਉਹਨਾਂ ਪੁਲਿਸ ਨੂੰ ਕਾਰਵਾਈ ਕਰਨ ਵਾਸਤੇ ਚੋਰ ਫੜਾ ਵੀ ਦਿੱਤੇ, ਸਾਰੇ ਪਰੂਫ ਵੀ ਦੇ ਦਿੱਤੇ ਗਏ ਸੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਿਸ ਕਰਕੇ ਸਾਡਾ ਪੁਲਿਸ ਦਾ ਵਿਸ਼ਵਾਸ ਉੱਠ ਚੁੱਕਾ ਵਾ। ਤਰਨ ਤਾਰਨ ਸ਼ਹਿਰ ਤੇ ਆਸ ਪਾਸ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ, ਕਿਸੇ ਦਾ ਪਰਸ ਖੋਲਿਆ, ਕਿਸੇ ਦੀ ਚੋਰੀ ਹੋ ਗਈ, ਪੁਲਿਸ ਕੋਈ ਕੰਮ ਨਹੀਂ ਕਰ ਰਹੀ ਹੈ ਇਸ ਵੇਲੇ। ਇਸ ਕਰਕੇ ਪੁਲਿਸ ਤੇ ਕੋਈ ਵਿਸ਼ਵਾਸ ਨਹੀਂ ਆ, ਜੋ ਵੀ ਕਰਾਂਗੇ ਅਸੀਂ ਹੁਣ ਆਪਣੇ ਤੌਰ ਤੇ ਇਹੀ ਕਰਾਂਗੇ। ਅਸੀਂ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਹਾਂ ਕਿ ਨਾ ਕਿ ਆਪਣੇ ਸਮਾਨ ਦਾ ਆਪ ਜ਼ਿੰਮੇਵਾਰ ਬਣੋ, ਕਿਸੇ ਉੱਤੇ ਵਿਸ਼ਵਾਸ ਨਾ ਕਰੋ ਔਰ ਆਪਣੀਆਂ ਦੁਕਾਨਾਂ ਜਿਹੜੀਆਂ ਵਾ ਖਾਲੀ ਛੱਡ ਕੇ ਕਿਤੇ ਆਸੇ ਪਾਸੇ ਨਾ ਜਾਓ, ਪੂਰੀ ਦੇਖ ਦੇਖ ਰੱਖੋ ਤੇ ਫਿਰ ਹੀ ਆਪਾਂ ਬਚ ਸਕਦੇ ਹਾਂ। ਨਹੀਂ ਤੇ ਤਰਨ ਤਾਰਨ ਦੇ ਵਿੱਚ ਦੰਦ ਨਾ ਰਹੇ ਆ ਨਸ਼ਈ ਚੋਰ ਲਟੇਰੇ, ਕੋਈ ਪੁਲਿਸ ਦੀ ਕਾਰਵਾਈ ਨਹੀਂ, ਕੋਈ ਆਪਣਾ ਪੁਲਿਸ ਦੀ ਗਸ਼ਤ ਨਹੀਂ ਹੈਗੀ ਸ਼ਹਿਰ ਦੇ ਵਿੱਚ। ਬਹੁਤ ਬੁਰਾ ਹਾਲ ਆ ਸਾਡੇ ਲੋਕਾਂ ਦਾ। ਲੋਕਾਂ ਨੂੰ ਵੀ ਕਹਿੰਦੇ ਕਿ ਆਪਣੀ ਹਿਫਾਜ਼ਤ ਲਈ CCTV ਕੈਮਰੇ ਲਾਓ ਤਾਂ ਜੋ ਉਹਦਾ ਨਾ ਕਿ ਤੁਹਾਨੂੰ ਕਮ ਸੇ ਕਮ ਚੋਰ ਦੀ ਪਹਿਚਾਣ ਹੋ ਸਕੇ, ਪਤਾ ਲੱਗੇ ਕਿ ਤੁਹਾਡੀ ਚੋਰੀ ਕੀਤਾ ਹੈ, ਕਿਸੇ ਦਾ ਨਜਾਇਜ਼ ਨਾਂ ਨਾ ਲਾਇਆ ਜਾਵੇ ਕਿ ਅਮਲੀ ਸੀ, ਬਿਲਕੁਲ ਦਿਖਦਾ ਫਿਰਦਾ ਹੈ। ਪੁਲਿਸ ਨੂੰ ਕੋਈ ਕਾਰਵਾਈ ਨਹੀਂ ਕਰਦੀ ਇਹਨਾਂ ਲੋਕਾਂ ਤੇ ਜੋ ਨਸ਼ਈ ਸੜਕਾਂ ਤੁਰੇ ਫਿਰਦੇ ਆ, ਫੜ ਕੇ ਜਾਂ ਤੇ ਇਹਨਾਂ ਨੂੰ ਜੇਲ੍ਹ 'ਚ ਦਿੱਤਾ ਜਾਵੇ ਤੇ ਜਾਂ ਫਿਰ ਇਹਨਾਂ ਨੂੰ ਹਸਪਤਾਲ ਭੇਜਿਆ ਜਾਵੇ, ਇਹਨਾਂ ਦੇ ਜਿਹੜਾ ਨਸ਼ਾ ਨੁਸ਼ਾ ਛਡਾਇਆ ਜਾਵੇ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।